ਇਹ ਉਹ ਜਾਏ ਜਿੱਥਾਂ ਮਦੀਨੇ ਦੇ ਬਾਹਰੋਂ ਜਦੋਂ ਸੈਦ ਵਾਪਸ ਵੱਲੇ ਹਨ ਤਾਂ ਇੱਥਾਂ ਕਾਫਲਾ ਰੁਕਾ ਹੈ ਜਿੱਥਾਂ ਵਹਿੰਦੇ ਲਈ ਵੀ ਇਮਾਮ ਹੁਸੈਨ ਬਾਦਸ਼ਾਹ ਡੇਰੇ ਲਏ ਹਨ ਜਦੋਂ ਕਾਫਲਾ ਛੋੜਾ ਹਾਲੇ ਮਦੀਨਾ ਛੋੜਾ ਹਾਲੇ ਤਾਂ ਸਾਦਾਤ ਦਾ ਕਾਫਲਾ ਇੱਥਾਂ ਰੁਕਾ ਹੈ ਮਦੀਨੇ ਦੇ ਬਾਹਰੋਂ ਮਦੀਨਾ ਕਿਉਂਕਿ ਉਸ ਟਾਈਮ ਉਹ ਹੈ ਜਿਹੜਾ ਹਰਮ ਪਾਕ ਹੈ ਜਿੱਥਾਂ ਇੱਥੋਂ ਦੂਰ 3 ਕਿਲੋਮੀਟਰ ਹਰਮ ਪਾਕ ਦੂਰ ਹੈ ਤਾਂ ਇਹ ਘਰ ਦੇ ਬਾਰੇ ਇਹ ਆਖਾਵੇਂ ਦੇ ਜਦੋਂ ਕਾਫਲਾ ਵਾਪਸ ਆਇਆ ਤਾਂ ਕਾਫਲੇ ਨੇ ਇੱਥਾਂ ਆਣ ਕੇ ਗਿਆਮ ਫਰਮਾਇਆ ਬੀਬੀ ਫਰਮਾਇਆ ਕਿ ਸਜਾਦ ਮੈਨੂੰ ਮੇਰੇ ਭਰਾ ਦੀ ਮੇਰੇ ਨਾਨੇ ਦੀ ਖੁਸ਼ਬੂ ਪਈ ਆਉਂਦੀ ਹੈ ਤਾਂ ਇਮਾਮ ਫਰਮਾਇਆ ਕਿ ਅਮਾ ਤੁਸੀਂ ਨਹੀਂ ਸਮਝਾਤਾ ਸਾਹਮਣੇ ਜਿਹੜਾ ਸ਼ਹਿਰ ਹੈ ਇਹ ਮਦੀਨਾ ਹੈ ਤਾਂ ਬੀਬੀ ਫਰਮਾਇਆ ਕਿ ਸਜਾਦ ਮੈਂ ਕਦਾਂ ਮਦੀਨਾ ਬਾਹਰੋਂ ਡਿੱਠਾ ਹੈ ਤਾਂ ਫਰਮਾਇਆ ਇਹ ਉਹ ਜਾ ਹੈ ਜਿੱਥਾਂ ਵਹਿੰਦੇ ਲਈ ਜਨਾਬ ਅਲੀ ਅਕਬਰ ਅਲੈਹ ਸਲਾਮ ਨੇ ਅਜ਼ਾਨ ਆਖੀ ਹੈ ਜਾਂ ਜਿੱਥਾਂ ਵਹਿੰਦੇ ਲਈ ਅਸਾਂ ਡੇਰੇ ਲਾਏ ਹਨ ਇਹ ਉਹ ਮਕਾਮ ਹੈ ਤਾਂ ਸੈਨ ਪਾਕ ਫਰਮਾਇਆ ਕਿ ਅਗਰ ਇਹ ਉਹ ਮਕਾਮ ਹੈ ਤਾਂ ਵੱਲ ਇੱਥਾਂ ਹੀ ਤੁਸੀਂ ਡੇਰੇ ਲਓ ਅਤੇ ਬਸ਼ੀਰ ਕੋ ਆਖੋ ਉਹ ਮੰਨ ਕੇ ਮਦੀਨੇ ਦੇ ਵਿੱਚ ਐਲਾਨ ਕਰ ਆਵੇ ਲੋਕਾਂ ਕੋਲ ਦੱਸ ਆਵੇ ਜੋ ਮਦੀਨੇ ਦੇ ਸਰਦਾਰ ਵਾਪਸ ਆ ਗਏ ਹਨ ਤਾਂ ਬਸ਼ੀਰ ਮਹਾਰੀ ਜੇਕੋ ਆਖਾਵੇਂ ਦੇ ਉਹ ਇੱਥੋਂ ਸਰਦਾਰ ਇੱਥਾਂ ਖੈਮੇ ਲਏ ਔਰ ਬਸ਼ੀਰ ਮਹਾਰੀ ਜੋ ਹੈ ਉਹ ਇੱਥੋਂ ਮਦੀਨੇ ਗਏ ਮਦੀਨੇ ਮੰਨ ਕੇ ਉਹਨਾਂ ਐਲਾਨ ਕੀਤਾ ਕਿ ਸਰਦਾਰ ਵੱਲ ਲੈਣ ਤਾਂ ਬਸ ਸਾਰੇ ਲੋਕ ਵੀ ਆਏ ਅਤੇ ਬੀਬੀ ਫਾਤਿਮਾ ਸੁਗਰਾ ਸਲਾਮੁਲਾ ਅਲੈਹਾ ਵੀ ਇੱਥਾਂ ਆਏ ਔਰ ਉਹਨਾਂ ਆਣ ਕੇ ਇੱਥਾਂ ਬੀਬੀ ਜ਼ੈਨਬ ਸਲਾਮੁਲਾ ਅਲੈਹਾ ਕੋ ਮਿਲੇ ਇਹ ਉਹ ਜਾ ਹੈ ਦੁਆ ਹੈ ਅੱਲਾਹ ਤਾਲਾ ਹਰ ਮੋਮਿਨ ਮੁਸਲਮਾਨ ਦੀਆਂ ਪਰੇਸ਼ਾਨੀਆਂ ਦੂਰ ਕਰੇ ਖਾਲਿਕ ਕਾਇਨਾਤ ਮੇਰੀ ਸਾਰੀ ਬਿਰਾਦਰੀ ਕੋ ਮਾਮਾ ਚਾਚਾ ਕੋ ਮਾਸੀਆਂ ਫੁੱਫੀਆਂ ਕੋ ਸਾਰੇ ਵਸਬੇ ਕੋ ਵਸੇਬ ਕੋ ਵਸਤੀ ਜਲਾਰ ਸਾਰਾ ਕੋ ਇਹ ਮਕਾਮਾਤ ਹਰ ਮੋਮਿਨ ਮੁਸਲਮਾਨ ਦੀਆਂ ਪਰੇਸ਼ਾਨੀਆਂ ਦੂਰ ਫਰਮਾਵੇ ਹਰ ਕਹਿਣ ਕੋ ਇਹ ਮਕਾਮ ਦਿਖਾਵੇ ਸਪੈਸ਼ਲ ਮੇਰੇ ਮਾਂ ਅਤੇ ਪਿਓ ਕੋ ਮਕਾਮ ਮੇਰਾ ਮਾਲਕ ਦਿਖਾਵੇ ਮੇਰੇ ਭੈਣੀ ਭਰਾਵਾਂ ਕੋ ਮੇਰੇ ਭਣੇਜਾਂ ਕੋ ਮੇਰੀਆਂ ਭਣੇਜੀਆਂ ਕੋ ਹਰ ਮੋਮਿਨ ਮੁਸਲਮ ਪਿਤਰੇਰਾਂ ਕੋ ਮਲਵੇਰਾਂ ਕੋ ਮਸਾਤੀ ਕੋ ਸਦਾਤ ਕੋ ਮਸਤੀ ਜਲਾ ਜਿਹੜੇ ਜਿਹੜੇ ਟੁਰ ਕੇ ਉਹਨਾਂ ਇਹ ਮਕਾਮ ਦੇ ਸਦਕੇ ਉਹਨਾਂ ਦੇ ਦਰਜਾਤ ਬੁਲੰਦ ਹੋਵੇ।